ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 678 678 ਪੰਨੇ ਦੇ ਦੇਖੀਏ ਗੁਰੂ ਸਾਹਿਬ ਸਾਨੂੰ ਕੀ ਫਰਮਾ ਰਹੇ ਹਨ ਤਨਾਸਰੀ ਮਹੱਲਾ ਪੰਜਵਾਂ ਗੁਰੂ ਅਰਜਨ ਦੇਵ ਪਾਤਸ਼ਾਹੀ ਦੇ ਦਾ ਉਚਾਰਿਆ ਹੋਇਆ ਸ਼ਬਦ ਹੈ ਕਰਿ ਛੇਮਾ ਏਕ ਓੰਕਾਰ ਸਤਿਗੁਰ ਪ੍ਰਸਾਦ ਸੁਨੋ ਸੰਤ ਪਿਆਰੇ ਬਿਨੋ ਹਮਾਰੇ ਜਿਉ ਹਰ ਬਿਨ ਮੁਕਤ ਨ ਕਾਹੂ ਜਿਉ ਰਹਾਓ ਹੇ ਪਿਆਰੇ ਸੰਤ ਹੇ ਪਿਆਰੇ ਗੁਰੂ ਮੇਰੀ ਬੇਨਤੀ ਸੁਣੋ ਹੇ ਮੇਰੇ ਜੀਅ ਦੇ مالک ਮੇਰੀ ਬੇਨਤੀ ਸੁਣੋ ਮੈਂ ਹਰੀ ਤੋਂ ਬਿਨਾ ਨਹੀਂ ਰਹਿ ਸਕਦਾ ਹਾਂ ਮੈਂ ਕਿਸ ਤਰ੍ਹਾਂ ਉਸ ਤੋਂ ਬਿਨਾਂ ਜੀ ਸਕਦਾ ਹਾਂ ਮਨ ਨਿਰਮਲ ਕਰਮ ਕਰ ਤਾਰਨ ਤਰਨ ਹਰ ਅਵਰ ਜੰਜਾਲ ਤੇਰੇ ਕਾਹੂ ਨਾ ਕਾਮ ਜਿਉ ਮਨ ਨਿਰਮਲ ਕਰਮ ਕਰ ਤਾਰਨ ਤਰਨ ਹਰ ਅਵਰ ਜੰਜਾਲ ਤੇਰੇ ਕਾਹੂ ਨਾ ਕਾਮ ਜਿਓ हे मेरे मन तू चंगे काम करया कर जेडे तैनू इस संसार समुद्र तो तार सकन ओहो जे काम करया कर और बाकी जेडे तू जंजाल फड़े होए ने मोह माया दे जाल विच फसया होया है ओ तेरे किसी काम नहीं आना है जीवन देवा पारब्रह्म सेवा एह उपदेश मोको गुरु दी ना जियो ਮੈਨੂੰ ਮੇਰੇ ਗੁਰੂ ਨੇ ਗੁਰੂ ਨੇ ਇਹ ਉਪਦੇਸ਼ ਦਿੱਤਾ ਹੈ ਇਹ ਸਮਝਾ ਦਿੱਤਾ ਹੈ ਕਿ ਜਿਹੜਾ ਜੀਵਨ ਦੇਣ ਵਾਲਾ ਪਾਰ ਬ੍ਰਹਮ ਹੈ ਸਿਰਫ ਉਹਦੀ ਹੀ ਸੇਵਾ ਕਰਿਆ ਕਰ ਉਹੀ ਸਭ ਤੋਂ ਉੱਤਮ ਕੰਮ ਹੈ ਤਿਸ ਸਿਉ ਨ ਲਾਈਏ ਹੀਤ ਜਾ ਕੋ ਕਿਛ ਨਾਹੀ ਬੀਤ ਉਹ ਜੀ ਕਿਸੇ ਚੀਜ਼ ਨਾਲ ਵੀ ਆਪਣਾ ਮਨ ਨਹੀਂ ਲਗਾ ਲੈਣਾ ਚਾਹੀਦਾ ਜਿਹਦੀ ਕੋਈ ਲੰਬੀ ਪਾਇਦੇਦਾਰੀ ਵਾਲੇ ਟਾਈਮ ਤੱਕ ਚੱਲਣ ਵਾਲੀ ਚੀਜ਼ ਨਾ ਹੋਵੇ ਅੰਤ ਕੀ ਬਾਰ ਉਹ ਸੰਗ ਨਾ ਚੱਲੇ ਉਹੀ ਪਾਇਦੇਦਾਰ ਔਰ ਕੰਮ ਦੀ ਚੀਜ਼ ਔਰ ਲੰਬੀ ਚੀਜ਼ ਚੱਲਣ ਵਾਲੀ ਹੈ ਜਿਹੜੀ ਅੰਤ ਦੇ ਟਾਈਮ ਦੇ ਉੱਤੇ ਵੀ ਤੁਹਾਡੇ ਨਾਲ ਚੱਲ ਸਕੇ ਇਹ ਦੁਨੀਆ ਦੇ ਜਿੰਨੇ ਵੀ ਪਦਾਰਥ ਨੇ ਮੂ ਮਾਇਆ ਦੇ ਜਿਹੜੇ ਫਸੇਆਂ ਸੀ ਖਾਂਡ ਪਿਆਉਣ ਦੇ ਚੱਕਰਾਂ ਜਿசி ਫਸੇ ਆ ਇਹ ਸਾਰੇ ਕੁਝ ਪਲਾਂ ਦਾ ਹੀ ਖੁਸ਼ੀ ਦੇਣ ਵਾਲੇ ਹਨ ਔਰ ਕੁਝ ਪਲਾਂ ਲਈ ਹੀ ਸਾਡੇ ਨਾਲ ਚੱਲਣ ਵਾਲੇ ਹਨ ਸਾਡੀ ਮੌਤ ਦੇ ਟਾਈਮ ਦੇ ਉੱਤੇ ਉਹਨਾਂ ਵਿੱਚੋਂ ਕੋਈ ਵੀ ਚੀਜ਼ ਸਾਡੇ ਨਾਲ ਚੱਲਣ ਵਾਲੀ ਨਹੀਂ ਹੈ ਗੁਰੂ ਸਾਹਿਬ ਦੱਸ ਰਹੇ ਹਨ ਕਿ ਪਰਮਾਤਮਾ ਦੀ ਸੇਵਾ ਕਰਨ ਤੋਂ ਇਲਾਵਾ ਉਹਦਾ ਨਾਮ ਜਪਣ ਤੋਂ ਬਿਨਾ ਹੋਰ ਕੋਈ ਵੀ ਚੀਜ਼ ਪਾਇਦਾਰ ਨਹੀਂ ਹੈ ਮਨ ਤਨ ਤੂ ਆਰਾਧ ਹਰ ਕੇ ਪ੍ਰੀਤਮ ਸਾਧ ਕਾ ਮਨ ਤਨ ਤੂ ਆਰਾਧ ਹਰ ਕੇ ਪ੍ਰੀਤਮ ਸਾਧ ਜਾ ਕੇ ਸੰਗ ਤੇਰੇ ਬੰਧਨ ਛੁੱਟੇ ਮਨ ਤਨ ਤੂ ਆਰਾਧ ਹਰ ਕੇ ਪ੍ਰੀਤਮ ਸਾਧ ਜਾ ਕੇ ਸੰਗ ਤੇਰੇ ਬੰਧਨ ਛੁੱਟੇ ਤੂੰ ਆਪਣੇ ਮਨ ਔਰ ਤਨ ਦੇ ਨਾਲ ਉਸ ਹਰੀ ਨੂੰ ਸਿਮਰਿਆ ਕਰ ਔਰ ਉਹ ਜਿਹੜਾ ਸਾਧ ਸੰਗਤ ਹੈ ਉਹਦੇ ਨਾਲ ਪ੍ਰੇਮ ਪਾ ਕੇ ਉਹਦੇ ਨਾਲ ਸੰਗ ਚੱਲ ਕੇ ਤੂੰ ਹਰੀ ਦਾ ਨਾਮ ਜਪਿਆ ਕਰ ਜਿਹਦੇ ਨਾਲ ਕਿ ਤੇਰੇ ਸਾਰੇ ਦੇ ਸਾਰੇ ਬੰਧਨ ਜਿਹੜੇ ਨੇ ਉਹ ਮਾਇਆ ਦੇ ਬੰਧਨ ਜਿਹੜੇ ਨੇ ਉਹ ਛੁੱਟ ਜਾਣਗੇ ਗਹੋ ਪਾਰ ਬ੍ਰਹਮ ਸਰਨ ਹਿਰਦਾ कमल चरण और आसकच पटल ना कीजिए उस पारब्रह्म परमात्मा दी शरण ਦੇ ਵਿੱਚ ਰਹਿ ਆਪਣੇ ਹਿਰਦੇ ਦੇ ਵਿੱਚ ਉਹਦੇ ਚਰਨ कमल कमल ਫੁੱਲ ਵਰਗੇ ਜਿਹੜੇ ਚਰਨ ਨੇ ਉਹਨਾਂ ਨੂੰ ਹਮੇਸ਼ਾ ਆਪਣੇ ਹਿਰਦੇ ਵਿੱਚ ਵਸਾਈ ਰੱਖਿਆ ਕਰ ਔਰ ਜਹੁਰ ਜਨੀਆਂ ਵੀ ਆਸਾ ਨੇ ਉਹਨਾਂ ਤੋਂ ਪਰਦਾ ਕਰ ਲੈ ਉਹਨਾਂ ਤੋਂ ਦੂਰ ਹੋ ਜਾ ਸੋਈ ਭਗਤ ਗਿਆਨੀ ਧਿਆਨੀ ਤਪਾ ਸੋਈ ਨਾਨਕ ਜਾ ਕੋ ਕਿਰਪਾ ਕੀਜੈ ਨਾਨਕ ਕਹਿ ਰਹੇ ਨੇ ਕਿ ਜਿਹਦੇ ਤੇ ਪਰਮਾਤਮਾ ਕਿਰਪਾ ਕਰਦਾ ਹੈ ਉਹੀ ਅਸਲੀ ਭਗਤ ਹੈ ਉਹੀ ਅਸਲੀ ਗਿਆਨੀ ਹੈ ਉਹੀ ਅਸਲੀ ਧਿਆਨ ਲਗਾ ਕੇ ਉਹਨੂੰ ਸਮਝ ਪਾ ਰਿਹਾ ਹੈ ਉਹੀ ਅਸਲੀ ਤਪਾ ਹੈ ਜਿਦੇ ਉੱਤੇ ਉਹ ਕਿਰਪਾ ਕਰਦਾ ਹੈ ਨੈਕਸਟ ਨਾ ਸ੍ਰੀ ਮਹੱਲਾ ਪੰਜਵਾਂ ਮੇਰੇ ਲਾਲ ਪਲੋਰੇ ਪਲੋਰੇ ਪਲੋਹਰ ਮੰਗਣਾ ਦੇਖ ਪ੍ਰਸਾਰ ਨੈਣ ਸੁਨਹ ਸਾਧੂ ਕੇ ਬੈਨ ਪ੍ਰਾਨਪਤ ਚਿਤਰਾਖ ਸਗਲ ਹੈ ਮਰਨਾ ਰਹਾਓ ਹੈ ਮੇਰੇ ਪਿਆਰੇ ਸਭ ਤੋਂ ਚੰਗਾ ਹਰੀ ਦਾ ਨਾਮ ਮੰਗਣਾ ਹੈ ਤੂੰ ਅੱਖਾਂ ਖੋਲ ਕੇ ਦੇਖ ਸਾਧੂ ਦੇ ਨਾਲ ਰਲ ਕੇ ਵਾਹਿਗੁਰੂ ਦੇ ਸਿਫਤ ਸਲਾਹ ਦੇ ਜਿਹੜੇ ਗੀਤ ਹਨ ਉਹ ਸੁਣਿਆ ਕਰ ਉਸ ਜਿਹੜੇ ਪ੍ਰਾਣਾ ਦਾ ਪਤੀ ਹੈ ਉਹਨੂੰ ਆਪਣੇ ਹਮੇਸ਼ਾ ਚਿੱਤ ਵਿੱਚ ਰੱਖਿਆ ਕਰ ਔਰ ਐਵੀ ਚਿਤ੍ਰਕ ਵਿੱਚ ਰਖਿਆ ਕਰ ਕਿ ਜਿਹੜਾ ਵੀ ਆਇਆ ਹੈ ਉਹਨੇ ਮਰ ਹੀ ਜਾਣਾ ਹੈ ਚੰਦਨ ਚੁਆ ਰਸਪੋਗ ਕਰਤ ਅਨੇਕੇ ਵਿਖਿਆ ਬੇਕਾਰ ਦੇਖ ਸਗਲ ਹੈ ਫੀਕੇ ਇਕੈ ਗੋਬਿੰਦ ਕੋ ਨਾਮ ਨੀਕੋ ਕਹਤ ਹੈ ਸਾਧ ਜਨ ਦੇਖ ਜੜਾ ਤੂੰ ਚੰਦਨ ਲਾਨਾ ਬੜੇ ਵਧੀਆ ਵਧੀਆ ਭੋਜਨ ਖਾ ਰਿਆ ਹੈ। अनेका ਹੀ ਐਸੇ ਵਿਖਿਆ ਮੋਹ ਮਾਇਆ ਦੇ ਜਾਲ ਵਿੱਚ ਫਸਣ ਵਾਲੇ ਕੰਮ ਤੂੰ ਕਰਦਾ ਰਹਿਣਾ ਹੈ। ਇਹ ਸਾਰੇ ਬੇਕਾਰ ਹਨ। ਇਹ ਸਾਰੇ ਫਿੱਕੇ ਹਨ। ਇਹ ਤੇਰੇ ਕੋਈ ਕੰਮ ਨਹੀਂ ਆਣੇ ਹਨ। ਸਿਰਫ ਸਭ ਤੋਂ ਚੰਗਾ ਕੰਮ ਜਿਹੜਾ ਮੇਰੇ ਮੈਨੂੰ ਗੁਰੂ ਨੇ ਦੱਸ ਦਿੱਤਾ ਹੈ ਗੋਬਿੰਦ ਦਾ ਨਾਮ ਹੀ ਹੈ ਉਹ ਸਭ ਤੋਂ ਵਧੀਆ ਹੈ। ਇਹ ਗੋਬਿੰਦ ਦਾ ਨਾਮ ਹੀ ਜਪਿਆ ਕਰ ਤੂੰ। ਤਨ ਤਨ ਆਪਨ ਥਾਪਿਓ ਹਰ ਜਪਨ ਨਿਮਖ ਜਾਪਿਓ ਅਰਥ ਦ੍ਰਵ ਦੇਖ ਕਛ ਸੰਗ ਨਹੀਂ ਚਲਣਾ ਤੂੰ ਆਪਣੇ ਤਨ ਨੂੰ ਔਰ ਆਪਣੇ ਧਨ ਨੂੰ ਆਪਣਾ ਸਮਝ ਲਿਆ ਹੈ ਹਰੀ ਦਾ ਨਾਮ ਤੂੰ ਬਿਲਕੁਲ ਬਿਲਕੁਲ ਹੀ ਇੱਕ ਸਕਿੰਟ ਵਾਸਤੇ ਵੀ ਲੈਣਾ ਹੀ ਛੱਡ ਦਿੱਤਾ ਹੈ ਤੂੰ ਸੋਚ ਰਿਹਾ ਹੈ ਕਿ ਜਿਹੜੀ ਇਹ ਮਾਇਆ ਔਰ ਮੂ ਤੂੰ ਦੇਖ ਰਹਾ ਹੈ ਜਿਹੜੀ ਤੂੰ ਇਕੱਠੀ ਕੀਤੀ ਹੈ ਇਹੋ ਹੀ ਸਭ ਕੁਝ ਹੈ ਅਸਲੀਅਤ ਵਿੱਚ ਇਹਨਾਂ ਕਿਸੇ ਚੀਜ਼ਾਂ ਵਿੱਚੋਂ ਵੀ ਕੋਈ ਵੀ ਚੀਜ਼ ਤੇਰੇ ਨਾਲ ਚੱਲਣ ਵਾਲੀ ਨਹੀਂ ਹੈ ਜਾ ਕੋ ਰੇ ਕਰਮ ਪਲਾ ਤਿਨ ਓਟ ਗਹੀ ਸੰਤ ਪਲਾ ਤਿਨ ਨਾਹੀ ਰੇ ਜਮ ਸੰਤਾਵੈ ਸਾਧੂ ਕੀ ਸੰਗਣਾ ਜਿਹਦੇ ਵੀ ਜਿਨਨੇ ਵੀ ਕੋਈ ਕਰਮ ਆਪਣੇ ਚੰਗੇ ਕੀਤੇ ਹੋਏ ਹਨ ਪੁਰਾਣੇ ਟਾਈਮ ਤੇ ਜਾਂ ਇਸ ਜਨਮ ਦੇ ਵਿੱਚ ਵੀ ਜਿਨਨੇ ਕਰਮ ਚੰਗੇ ਕੀਤੇ ਹਨ ਉਸ ਨੂੰ ਸੰਤ ਜਨਾਂ ਦੀ ਸਹਾਰਾ ਜਿਹੜਾ ਹੈ ਉਹ ਮਿਲ ਜਾਂਦਾ ਹੈ ਔਰ ਉਹ ਉਹਦਾ ਪਲ ਫੜ ਲੈਂਦੇ ਹਨ ਔਰ ਉਹ ਮਨੁੱਖ ਜਿਹੜੇ ਹਨ ਉਹਨਾਂ ਨੂੰ ਜਮ ਦੀ ਮੌਤ ਦਾ ਡਰ ਨਹੀਂ ਰਹਿੰਦਾ ਹੈ ਤੇ ਉਹ ਸਾਧੂ ਦੇ ਸੰਗ ਗੁਰੂ ਦੇ ਸੰਗ ਹੋ ਜਾਂਦੇ ਹੈ ਪਾਇਓ ਰੇ ਪਰਮ ਨਿਧਾਨ ਮਿਟਿਓ ਹੈ ਅਭਿਮਾਨ ਇਕੈ ਨਿਰੰਕਾਰ ਨਾਨਕ ਮਨ ਲਗਣਾ ਨਾਨਕ ਕਹਰੇ ਨੇ ਕਿ ਜਿਹੜੇ ਵੀ ਇੰਜ ਗੁਰੂ ਸਾਧੂ ਦਾ ਪੱਲਾ ਫੜ ਲੈਂਦੇ ਹਨ ਉਹ ਸਭ ਤੋਂ ਉੱਚਾ ਖਜ਼ਾਨਾ ਪਾਲਨ ਦੇ ਹਨ ਸਭ ਤੋਂ ਅੱਛੀ ਚੀਜ਼ ਪਾਲਨ ਦੇ ਹਨ ਔਰ ਉਹਨਾਂ ਦੇ ਮਨ ਦਾ ਅਭਿਮਾਨ ਵੀ ਜਿਹੜਾ ਹੈ ਉਹ ਖਤਮ ਹੋ ਜਾਂਦਾ ਹੈ ਤੇ ਨਿਰੰਕਾਰ ਉਹਨਾਂ ਦੇ ਮਨ ਦੇ ਵਿੱਚ ਆ ਕੇ ਪਰਮਾਨੈਂਟ ਆਪਣੀ ਅਵਸਥਾ ਬਣਾ ਲੈਂਦਾ ਹੈ ਨੈਕਸਟ ਜੀ ਤਨਾ ਸ੍ਰੀ ਮਹਿੱਲਾ ਪੰਜਵਾਂ ਕਰ ਸਤਵਾਂ ੴ ਸਤਿਗੁਰ ਪ੍ਰਸਾਦ ਇਹ ਜਿਹੜਾ ਹੁਣ ਸ਼ਬਦ ਉਚਾਰਿਆ ਹੈ ਗੁਰੂ ਸਾਹਿਬ ਨੇ ਉਹ ਕਰ ਸਤਵੇਂ ਮਤਲਬ ਉਸ میوزਿਕ ਦੀ ਪਿਚ ਦੇ ਉੱਤੇ ਜਾ ਕੇ ਉਸ ਨੂੰ ਗਾਣਾ ਹੈ ਸੋ ਇਹ ਇਕੱਲਾ ਹੀ ਸ਼ਬਦ ਜਿਹੜਾ ਹੈ ਇਸ ਸੰਗ੍ਰਹਿ ਵਿੱਚ ਹੈ ਹਰ ਇੱਕ ਸਿਮਰ ਇੱਕ ਸਿਮਰ ਇਕ ਸਿਮਰ ਪਿਆਰੇ ਕਲ ਕਲੇਸ਼ ਲੋਭ ਮੋਹ ਮਹਾ ਪੌਜਲ ਤਾਰੇ ਰਹਾਓ ਹੇ ਪਿਆਰੇ ਹੇ ਮੇਰੇ ਮਨ ਗੁਰੂ ਸਾਹਿਬ ਕਹਿ ਰਹੇ ਨੇ بار-ਬਾਰ ਕਹਿ ਰਹੇ ਨੇ ਕਿ ਉਸ ਇੱਕ ਪਰਮਾਤਮਾ ਨੂੰ ਹੀ ਸਿਰਫ ਸਿਮਰ ਹੇ ਪਿਆਰੇ ਉਹਨੂੰ ਹੀ ਸਮਰਨਾ ਤੇਰਾ ਕੰਮ ਹੈ ਔਰ ਉਹ ਹੀ ਜਿਹੜਾ ਵੇ ਤੈਨੂੰ ਇਸ ਸੰਸਾਰ ਸਮੁੰਦਰ ਦੀ ਜਿਹੜੀ ਪਰੇਸ਼ਾਨੀਆਂ ਨੇ ਕਲੇਸ਼ ਨੇ ਦੁਵਿਦਾਨੇ ਮੂ ਮਾਇਆ ਦਾ ਲੋਭ ਹੈ ਜਿਹੜਾ ਇਹਦੇ ਚੋਂ ਕੱਢ ਕੇ ਤੈਨੂੰ ਸੰਸਾਰ ਸਮੁੰਦਰ ਤੋਂ ਪਾਰ ਉਤਾਰ ਦੇਗਾ ਰਹਾਓ ਸਾਹਸ ਸਾਹਸ ਨਿਮਖ ਨਿਮਖ ਦਿਨਸ ਰਹਿਣ ਚਿਤਾਰੇ ਗੁਰੂ ਸਾਹਿਬ ਕਹਿ ਰਹੇ ਨੇ ਕਿ ਤੂੰ ਹਰ ਸਾਹ ਦੇ ਨਾਲ ਹਰ ਅੱਖ پلਕਣ ਦੇ ਟਾਈਮ ਦੇ ਨਾਲ ਉਸ ਨੂੰ ਹਰ ਟਾਈਮ ਦੇ ਉੱਤੇ ਦਿਨ ਰਾਤ ਤੂੰ ਉਸ ਨੂੰ ਯਾਦ ਕਰਦਾ ਰਿਹਾ ਕਰ ਸਾਧ ਸੰਗ ਜਪਨ ਸੰਗ ਮਨ ਨਿਧਾਨ ਤਾਰੇ ਤੂੰ ਸਾਧ ਸੰਗਤ ਵਿੱਚ ਮਿਲ ਕੇ ਵੀ ਕੋਈ ਵੀ ਸ਼ਰਮ ਹયા ਛੱਡ ਕੇ ਉਸ ਨੂੰ ਆਪਣੇ ਹਰ ਟਾਈਮ ਤੇ ਜਪਿਆ ਕਰ ਔਰ ਉਹਨੂੰ ਆਪਣਾ ਮਨ ਦਾ ਖਜ਼ਾਨਾ ਬਣਾ ਲੈ ਔਰ ਮਨ ਆਸਰਾ ਉਸੇ ਨੂੰ ਹੀ ਬਣਾ ਲੈ ਚਰਨ ਕਮਲ ਨਮਸਕਾਰ ਗੁਣ ਗੋਬਿੰਦ ਵਿਚਾਰੇ ਤੂੰ ਹਰ ਟਾਈਮ ਦੇ ਉੱਤੇ ਉਸ ਗੋਬਿੰਦ ਦੇ ਗੁਣਾ ਨੂੰ ਵਿਚਾਰਿਆ ਕਰ ਔਰ ਹਰ ਟਾਈਮ ਦੇ ਉੱਤੇ ਉਹਦੇ ਚਰਨਾਂ ਦੇ ਵਿੱਚ ਕਮਲ ਰੂਪੀ ਚਰਨਾਂ ਦੇ ਵਿੱਚ ਹਮੇਸ਼ਾ ਨਮਸਕਾਰ ਕਰਿਆ ਕਰ ਸਤ ਜਨਾ ਕੀ ਰੈਨ ਨਾਨਕ ਮੰਗਲ ਸੂਖ ਸਧਾਰੇ ਨਾਨਕ ਕਹਿ ਰਹੇ ਨੇ ਕਿ ਤੂੰ ਆਪਣੇ ਮਨ ਨੂੰ ਐਸੀ ਅਵਸਥਾ ਜ ਰੱਖਿਆ ਕਰ ਕਿ ਤੂੰ ਹਰ ਟਾਈਮ ਦੇਤੇ ਸਤ ਜਨਾ ਦੇ ਚਰਨਾ ਦੀ ਤੂੜ ਦੇ ਬਰਾਬਰ ਹੀ ਆਪਣੇ ਆਪ ਨੂੰ ਸਮਝ ਤੇ ਇਹੋ ਹੀ ਹੈ ਜਿਹੜਾ ਤੇਰੇ ਮਨ ਨੂੰ ਆਸਰਾ ਦੇਗਾ ਔਰ ਤੇਰੇ ਮਨ ਦੇ ਵਿੱਚ ਮੰਗਲ ਵਰ ਰੂਪੀ ਸੁੱਖ ਜਿਹੜਾ ਹੈ ਉਹ ਹਮੇਸ਼ਾ ਲਈ ਪੈਦਾ ਕਰ ਦੇਗਾ ਅੱਜ ਦੇ ਲਈ ਇੰਨਾ ਹੀ ਜੀ ਭੁੱਲਾਂ ਛੁੱਕਾ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ